ਲਾਰਮਾਖੀਮ ਅਸਲਾਮ ਵਾਲੇਕੁਮ ਮੇਰੇ ਪਿਆਰੇ ਭੈਣ ਭੀ ਜਾਂ ਵੀਰੋ, ਖੁਸ਼ੋ ਬਾਦ ਰਹੋ, ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ। ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਹਾਂ, ਉਮੀਦ ਕਰਨੀ ਕਿੰਨੇ ਕਿ ਮੇਰੇ ਬਹਿਣਾ ਬਿਸਨ ਬਿਲਕੁਲ ਠੀਕ ਠਾਕ ਖਰੀਏ ਤੋਂ ਸਹੀ ਟਾਈਪ ਦਾ ਵਲਾਗ ਸ਼ੁਰੂ ਕਰਨੇ ਆ। ਸਵੇਰਾ ਜਿਹੜਾ ਬਰਤਨ ਬੁਰਤਨ ਤੋਂ ਬੋਤਲਾਂ ਵਗੈਰਾ ਉਹ ਵਾਲੀ ਜਿਹੜਾ ਹੁਣ ਬਾਹਰ ਲੈਂਦੀ ਹੈ ਜਾਂ ਬਰਤਨ ਕੁਛ ਜਿਹੜਾ ਧੋ ਕੇ ਇੱਥੇ ਰੱਖ ਲਏ ਸੂ, ਬਾਕੀ ਤਾਂ ਬਰਤਨ ਜਿਹੜਾ ਦੋ ਰਿਹਾ। ਔਰ ਉਹ ਸਵਾਤਮਾ ਜਿਹੜਾ ਉਹਨੂੰ ਕਿਹਾ ਤੁਸੀਂ ਜਿਹੜਾ ਕੱਪੜੇ ਕੁਪੜੇ ਸਾਰੇ ਜਿਹੜਾ ਧੋ ਲਓ, ਝਾੜੂ ਵਗੈਰਾ ਜਿਹੜਾ ਲਾ ਲਵਾਂ ਕਿ ਉਹ ਕੱਪੜੇ ਅੱਜ ਟੋਟਲੀ ਸਾਰੇ ਜਿਹੜਾ ਧੋ ਲੈਂਦੇ ਹਾਂ, ਫਿਰ ਕੱਲ੍ਹ ਨੂੰ ਜਿਹੜਾ ਸ਼ਾਇਦ ਵਾਲੀ ਗੱਲ ਆ ਜਿਹੜਾ ਅੰਮੀ ਅੱਬੂ ਵਾਲ ਜਾਵੀਏ ਪਾਈ ਜਾ ਥੱਲੇ, ਕਿਉਂਕਿ ਬੱਚਿਆਂ ਨੂੰ ਜਿਹੜਾ ਬਾਕੀ ਜ਼ੇਬ ਅਲੀ ਅਤੇ ਮੰਮਾ ਸਾਹਿਬ ਤਾਂ ਜਿਹੜਾ ਜਾਂਦੇ ਆਉਂਦੇ ਰਹਿੰਦੇ ਨੇ, ਲੇਕਿਨ ਸਵੇਰਾ ਰੂਹ ਨਹੀਂ ਗਈਆਂ ਨੇ ਅਤੇ ਬਾਈ ਜਾ ਨੇ ਕਿਹਾ ਵੀ ਮੈਨੂੰ ਜਿਹੜਾ ਮਿਲਾਜ ਹੈ, ਮੈਂ ਚੱਲ ਜਿਹੜਾ ਇਹਨਾਂ ਨੂੰ ਛੁੱਟੀ ਹੋਣੀ ਆ ਅਤੇ ਕੱਲ੍ਹ ਨੂੰ ਜਾਵਾਂਗੇ ਅਤੇ ਫਿਰ ਜਿਹੜਾ ਪਰਸੋਂ ਇਤਵਾਰ ਵਾਲੇ ਦਿਨ ਜਿਹੜਾ ਵਾਪਸ ਆ ਜਾਵਾਂਗੇ। ਰਾਤ ਨੂੰ ਜਿਹੜਾ ਠੰਡ ਪੈਂਦੀ ਆ ਨਾ ਉਵੇਂ ਜਿਹੜਾ ਗਰਮੀ ਵੀ ਬਹੁਤ ਜ਼ਿਆਦਾ, ਜਿਹੜਾ ਬਿਲਕੁਲ ਜਿਹੜਾ ਦਿਨ ਲੱਥਣ 'ਤੇ ਗਿਆ ਖੋਤਾ ਤਾਂ ਹਜੇ ਤੋੜੀ ਜਿਹੜਾ ਤਕਰੀਬਨ ਜਿਹੜਾ 4:30 ਹੋ ਗਏ ਅਤੇ ਧੁੱਪ ਵੇਖੋ ਕਿੰਨੀ ਜ਼ਿਆਦਾ ਹਜੇ ਤੋੜੀ ਜਿਹੜਾ ਖੜ੍ਹੀ ਆ, ਮੱਝਾਂ ਬਾਜ ਬਾਜ ਕੇ ਜਿਹੜਾ ਪਾਣੀ ਦੇ ਵਿੱਚ ਜਿਹੜਾ ਜਾ ਰਹੀਆਂ ਹੈਗੀਆਂ ਨੇ। ਇੱਧਰੋਂ ਵੇਖੋ ਬਾਈ ਨੇ ਛੱਡੀਆਂ ਨੇ ਇਹਨਾਂ ਕਿੱਲਿਆਂ ਤੋਂ ਅਤੇ ਵਿਚਾਰੀਆਂ ਨੇ ਜਿੱਥੇ ਪਾਣੀ ਵੇਖਿਆ ਉੱਥੇ ਹੀ ਜਿਹੜਾ ਬਾਜ ਕੇ ਜਾ ਰਹੀਆਂ ਨੇ, ਵਿੱਚ ਜਿਹੜਾ ਬੈਠਣਗੀਆਂ ਤਾਂ ਆਰਾਮ ਜਿਹੜਾ ਮਿਲੇਗਾ ਉਹਨਾਂ ਨੂੰ। ਅਤੇ ਅੱਜ ਤਾਂ ਨਾ ਵਕਤਾਂ ਹੀ ਉਹ ਵੇਖੋ ਸਾਹਮਣੇ ਜਿਹੜਾ ਪਾਣੀ, ਕਿਉਂਕਿ ਗਰਮੀ ਜਿਹੜਾ ਜਿਸ ਤਰ੍ਹਾਂ ਦੰਦ ਦੱਸ ਰਹੀ ਹੈ ਨਾ ਵੀ ਧੁੱਪ ਜਿਹੜਾ ਬਹੁਤ ਜਿਹੜਾ ਜ਼ਿਆਦਾ ਆ ਗਿਆ, ਤਾਂ ਪਰ ਉਹ ਵਿਚਾਰੀਆਂ ਜਿਹੜਾ ਅੱਜ ਕਿਉਂਕਿ ਖਾਲੇ 'ਚ ਪਾਣੀ ਜਿਹੜਾ ਬਿਲਕੁਲ ਕੋਈ ਨਹੀਂ ਹੈਗਾ ਅਤੇ ਉੱਥੇ ਜਿਹੜਾ ਪਾਣੀ ਖੜ੍ਹਾ ਹੋਇਆ ਅਤੇ ਉੱਥੇ ਜਿਹੜਾ ਵਿੱਚ ਚਲੀਆਂ ਗਈਆਂ ਨੇ। ਤੋਰੀਆਂ ਦੀ ਗੱਲ ਕਰ ਰਹੀ ਸੀ, ਦੰਦ ਚੱਲ ਕੇ ਦਿਖਾਉਂਦੀ ਹਾਂ, ਮਾਸ਼ਾਅੱਲਾ ਬੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਹੋ ਗਈਆਂ ਨੇ, ਇੱਧਰੋਂ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਹੋਈਆਂ, ਲੇਕਿਨ ਜਿਹੜਾ ਬਿਲਕੁਲ ਜਿਸ ਤਰ੍ਹਾਂ ਉਤਾਂ ਉਤਾਂ ਇੱਕ ਅੱਧ ਦੀ ਬੱਸ ਕੀਤੀ ਜਾਂਦੀਆਂ ਲੱਗੀਆਂ, ਬਿਲਕੁਲ ਜਿਹੜਾ ਨਹੀਂ ਨਾ ਜਿਹੜਾ ਥੱਲੇ ਲੱਗੀਆਂ ਨੇ ਨਾ ਹੀ ਜਿਹੜਾ ਉੱਤੇ ਲੱਗੀਆਂ ਨੇ, ਫੁੱਲ ਜਿਹੜਾ ਇਹਨਾਂ ਨੂੰ ਲੱਗੇ ਹੀ ਨਹੀਂ ਨੇ, ਕੋਈ ਵਜ੍ਹਾ ਇਹਨਾਂ ਨੂੰ ਲੱਗ ਗਈ ਆ ਬਿਲਕੁਲ, ਨਹੀਂ ਤਾਂ ਇਹਨਾਂ 'ਤੇ ਬਹੁਤ ਜ਼ਿਆਦਾ ਜਿਹੜਾ ਤੋਰੀਆਂ ਲੱਗਦੀਆਂ ਸੀ, ਭਿੰਡੀਆਂ ਬਹੁਤ। ਹਾਂਜੀ, ਮੈਂ ਤੇ ਜ਼ੇਬ ਅਲੀ ਜਿਹੜਾ ਅੱਜ ਵੇਖਦੇ ਪਿਆ ਬਾਈ ਹੋਰਾਂ ਦੀ ਇੱਥੇ ਜਿਹੜਾ ਛੋਟੀ ਜਿਹੀ ਟਾਹਲੀ ਹੈਗੀ ਆ, ਬਲਕਿ ਜ਼ੇਬ ਅਲੀ ਆਪਣੇ ਨਾਲੋਂ ਇੰਨਾ ਜ਼ਿਆਦਾ ਜਿਹੜਾ ਪਿਆਰੀ ਹੈ ਨਾ, ਅਤੇ ਇੱਥੇ ਸਾਹਮਣੇ ਜਿਹੜਾ ਮਾਸ਼ਾਅੱਲਾ ਇੱਕ ਵਾਰੀ ਦੰਦ ਜਿਹੜਾ ਵੀ ਲਾ ਕੇ ਮੈਂ ਦਿਖਾਇਆ ਕਿ ਹਾਂ ਮੁੜ ਥੋੜ੍ਹਾ ਜਿਹੜਾ ਤਕੜਾ ਹੈਗਾ ਮਜ਼ਬੂਤ, ਜ਼ੇਬ ਅਲੀ ਕਹਿ ਰਿਹਾ ਦੰਦ ਦਿਖਾਇਆ ਸੀ ਆਹ ਬਾਈ ਹੋਰ ਜਿਹੜਾ ਲਾਉਂਦੇ ਪਿਆ, ਤਾਂ ਮਾਸ਼ਾਅੱਲਾ ਮਾਸ਼ਾਅੱਲਾ ਇੰਨੇ ਵੱਡੇ ਵੱਡੇ ਹੋ ਗਏ ਨੇ, ਕਿੰਨੀ ਪਿਆਰੀ ਜਿਹੜਾ ਦਾਨ ਦੀ ਫਸਲ ਆ, ਉਹ ਅਗਲੀ ਸਾਈਡ 'ਤੇ ਵੀ ਜਿਹੜਾ ਦਾਨ ਦੀ ਫਸਲ ਹੈਗੀ ਆ ਅਤੇ ਇਸ ਸਾਈਡ 'ਤੇ ਵੀ ਮਾਸ਼ਾ ਹਰਿਆਲੀ ਹਰਿਆਲੀ ਹਰ ਸਾਈਡ 'ਤੇ ਜਿਹੜਾ ਨਜ਼ਰ ਆਉਂਦੀ ਹੈ ਪਿੰਡਾਂ ਥਾਵਾਂ 'ਤੇ। ਘਰੇ ਬਾਹਰ ਬਹੁਤ ਜ਼ਿਆਦਾ ਜਿਹੜਾ ਗਰਮੀਆਂ ਹਵਾ ਹੀ ਚੱਲੀ ਹੋਈ ਆ ਲੇਕਿਨ ਥੋੜ੍ਹੀ ਬਹੁਤੀ, ਲੇਕਿਨ ਜੇ ਧੁੱਪ ਹੈ ਨਾ ਬਹੁਤ ਜ਼ਿਆਦਾ ਜਿਹੜਾ ਤੇਜ਼ ਨਿਕਲੀ ਹੋਈ ਆ ਬਹੁਤ ਹੀ ਜ਼ਿਆਦਾ। ਅਤੇ ਬਿੱਲੋ ਦੀ ਅੰਮੀ ਜਿਹੜਾ ਅਜੇ ਤੁਹਾਡੀ ਕੋਈ ਨਹੀਂ ਆਈ ਮੇਰੇ ਖਿਆਲ ਹੈ ਜਿਹੜਾ, ਅਤੇ ਸਮਝ ਲਓ ਕੁਛ ਬਹਿਣਾ ਬਾਈ ਨੂੰ ਕੋਈ ਨਹੀਂ ਸਮਝ ਲੱਗੀ ਹੋਣੀ, ਬਿੱਲੋ ਦੀ ਅੰਮੀ ਦੇ ਅੱਬੂ ਦੀ ਤਬੀਅਤ ਜਿਹੜਾ ਖਰਾਬ ਆ, ਬਿੱਲੋ ਦੇ ਅੱਬੂ ਦੀ ਨਹੀਂ ਤਬੀਅਤ ਖਰਾਬ ਹੈਗੀ ਆ, ਜਿਹੜੀ ਸਮਝ ਲਓ ਮੇਰੇ ਮਾਮੂ ਦੀ ਬੇਟੀ ਹੈਗੀ, ਮੇਰੇ ਮਾਮੂ ਦਾ ਆਪਰੇਸ਼ਨ ਹੋਇਆ ਹੈਗਾ ਅਤੇ ਉਹਦੀ ਤਬੀਅਤ, ਕਿਉਂਕਿ ਉਹਨੂੰ ਜਿਹੜਾ ਦਿਲ ਦਾ ਮਸਲਾ ਹੈਗਾ ਅਤੇ ਉਹਦੀ ਤਬੀਅਤ ਖਰਾਬ ਹੈਗੀ ਸੀ, ਅਤੇ ਉਹਨੂੰ ਸਮਝ ਲਓ ਕੱਲ੍ਹ ਜਿਹੜਾ ਹਸਪਤਾਲ ਲੈ ਗਏ ਨੇ, ਫਿਰ ਉੱਥੋਂ ਸਮਝ ਲਓ ਉਹਦਾ ਜਿਹੜਾ ਆਪਰੇਸ਼ਨ ਹੋਇਆ, ਉਸ ਤੋਂ ਪਤਾ ਨਹੀਂ ਮੈਨੂੰ ਤਾਂ ਉਹਦਾ ਨਾਂ ਨਹੀਂ ਆਉਂਦਾ, ਉਹ ਵਾਲਾ ਉਹਨਾਂ ਨੇ ਕੀਤਾ, ਹੁਣ ਵੇਖਦੇ ਹਾਂ ਕੀ ਬਣਦਾ ਕੀ ਨਹੀਂ ਹੁੰਦਾ, ਉਹਨਾਂ ਨੇ ਸਾਰਾ ਚੈੱਕ ਵਗੈਰਾ ਜਿਹੜਾ। ਮੈਂ ਕਿਹਾ ਥੋੜ੍ਹੀਆਂ ਬਹੁਤੀਆਂ ਲੱਕੜਾਂ ਜਿਹੜਾ ਸਵੇਰਾ ਰੂਹ ਨੇ ਕਿਹਾ ਅੰਮੀ ਅੰਦਰਲੀਆਂ ਜਿਹੜਾ ਖਤਮ, ਮੈਥੋਂ ਜਿਹੜਾ ਚੱਕ ਕੇ ਜਿਹੜਾ ਅੰਦਰ ਰੱਖ ਦਿੰਦੇ ਹਾਂ, ਸਮਝ ਲਓ ਕਾਫੀ ਸਾਰੀ ਫਿਰ ਆਸਾਨੀ ਹੋ ਜਾਂਦੀ, ਕਿਉਂਕਿ ਅਗਲੀਆਂ ਲੱਕੜਾਂ ਜਿਹੜਾ ਸਵੇਰਾ ਕਹਿ ਰਹੀ ਅੰਮੀ ਜਿਹੜਾ ਥੋੜ੍ਹੀਆਂ ਜਿਹੀਆਂ ਅੰਦਰ ਪਈਆਂ ਨੇ ਉਹ ਵਾਲੀਆਂ, ਕਿਉਂਕਿ ਸਵੇਰਾ ਜਿਹੜਾ ਬਰਤਨ ਬੁਰਤਨ ਧੋ ਰਿਹਾ, ਬਿਲਕੁਲ ਆਹ ਵਾਲੀਆਂ ਸਿਰਫ ਜਿਹੜਾ ਅੰਦਰ ਰਹਿ ਗਈਆਂ, ਕਿੰਨੀਆਂ ਵੇਖ ਲਓ ਜਿਹੜਾ ਰੱਖੀਆਂ ਸੀ ਅਤੇ ਬਿਲਕੁਲ ਜਿਹੜਾ ਥੋੜ੍ਹੀਆਂ ਸਾਰੀਆਂ ਹੀ ਰਹਿ ਗਈਆਂ ਨੇ,
ਚਲੋ ਚੱਕ ਇਹ ਵਾਲੀਆਂ ਜਿਹੜੇ ਨਾਲ ਰੱਖਣੇ ਆ, ਫਿਰ ਗਿੱਲੀਆਂ ਹੋ ਜਾਣ ਨਾ ਸਮਝ ਲਓ ਅਤੇ ਫਿਰ ਆਸਾਨੀ ਨਾਲ ਜਿਹੜੇ ਨਾਲ ਬਲਦੀਆਂ ਨਹੀਂ, ਅਤੇ ਅਗਰ ਅੰਦਰ ਚੱਕ ਰੱਖੀ ਹੋਣ ਤਾਂ ਬੰਦਾ ਈਜ਼ੀ ਹੋ ਕੇ ਜਿਹੜੇ ਨਾਲ ਆਗ ਬੜੀ ਆਸਾਨੀ ਨਾਲ ਜਿਹੜੇ ਨਾਲ ਬਾਲ ਲੈਂਦਾ ਹੈ। ਅਤੇ ਇੱਕ ਸਿਸਟਮ ਜਿਹੜੇ ਨਾਲ ਕਮੈਂਟ ਕਰਕੇ ਕਿਹਾ ਹੋਇਆ ਸੀ, ਬਾਜੀ ਤੁਸੀਂ ਉੱਤੇ ਜਿਹੜੇ ਨਾਲ ਇੱਥੇ ਛੱਪਰ ਜਿਹੜੇ ਨਾਲ ਬਣਾ ਲਓ ਉਤਲੀ ਸਾਈਡ 'ਤੇ, ਕਿਉਂਕਿ ਇੰਨੀ ਜ਼ਿਆਦਾ ਗਰਮੀ ਹੁੰਦੀ ਆ ਅਤੇ ਮਾਸ਼ਾਅੱਲਾ ਰੋਟੀਆਂ ਜਿਹੜੇ ਨਾਲ ਕਾਫੀ ਸਾਰੀਆਂ ਆਉਂਦੀਆਂ ਨੇ। ਬਾਈ ਮਿਸਤਰੀ ਹੋਰੀ ਲੱਗੇ ਹੋਏ ਨੇ ਜਦੋਂ ਉਸ ਵਕਤ ਉਹਨਾਂ ਨੇ ਬਸ ਜਿਹੜੇ ਨਾਲ ਯਾਦ ਕੋਈ ਨਹੀਂ ਰਹਿੰਦਾ, ਅਤੇ ਇਨਸ਼ਾਅੱਲਾ ਸਿਸਟਰ ਜਿਹੜੇ ਨਾਲ ਜ਼ਰੂਰ ਇਸ ਬਾਰੇ ਹੁਣ ਆਉਂਦੀਆਂ ਗਰਮੀਆਂ ਸੋਚਾਂਗੇ, ਕਿਉਂਕਿ ਇਹ ਵਾਲੀਆਂ ਗਰਮੀਆਂ ਹੁਣ ਜਿਹੜੇ ਨਾਲ ਖਤਮ ਹੋਣ ਵਾਲੀਆਂ, ਅਤੇ ਇਨਸ਼ਾਅੱਲਾ ਜ਼ਰੂਰ ਜਿਹੜੇ ਨਾਲ ਸੋਚਾਂਗੇ ਇੱਥੇ ਜਿਹੜੇ ਨਾਲ ਛੱਪਰ ਵਗੈਰਾ ਜਿਹੜੇ ਨਾਲ। ਬਿਲਕੁਲ ਤੁਹਾਡੀ ਗੱਲ ਹੀ ਸਹੀ ਆ, ਬਣਾ ਤੰਦਰ ਲਾ ਤੰਦਰ ਲਿਆ, ਲੇਕਿਨ ਅੰਦਰ ਜਿਹੜੇ ਨਾਲ ਚੁੱਲ੍ਹਾ ਰੱਖ ਕੇ ਸਰਦੀਆਂ ਜਿਹੜੇ ਨਾਲ ਅੱਗ ਬਾਲਾਂਗੇ, ਲੇਕਿਨ ਤੰਦੂਰ ਜਿਹੜੇ ਨਾਲ ਉਹ ਅੰਦਰ ਲਾਉਣਾ ਬਿਲਕੁਲ ਜਿਹੜੇ ਨਾਲ ਨਾਮੁਮਕਿਨ ਹੈਗਾ, ਕਿਉਂਕਿ ਜਿਹੜੇ ਨਾ ਅੰਦਰੋਂ ਜਿਹੜੇ ਨਾਲ ਜਦੋਂ ਇਹਦਾ ਧੂੰਆਂ ਨਿਕਲਦਾ ਨਾ ਅੰਦਰੋਂ, ਬਹੁਤ ਮੁਸ਼ਕਿਲ ਨਾਲ ਜਿਹੜੇ ਨਾਲ ਧੂੰਆਂ ਵਗੈਰਾ ਬਾਹਰ ਜਿਹੜੇ ਨਾਲ ਨਿਕਲਿਆ, ਤਾਂ ਦੀ ਪਰ ਉੱਥੇ ਜਿਹੜੇ ਨਾਲ ਨਹੀਂ ਲਾਇਆ। ਅਤੇ ਇੱਕ ਸਿਸਟਰ ਨੇ ਹੋਰ ਜਿਹੜੇ ਨਾਲ ਵਾਈਸ ਕਰਕੇ ਮੇਰੇ ਖਿਆਲ ਹੈ ਜਾਂ ਕਮੈਂਟ ਕਰਕੇ ਦੱਸਿਆ ਸੀ, ਅਤੇ ਮੰਮਾ ਸੈਨ ਮੈਨੂੰ ਦੱਸਿਆ ਸੀ ਵੀ ਉਹਨੇ ਕਿਹਾ ਹੈਗਾ ਵੀ ਤੁਸੀਂ ਜਿਹੜੇ ਨਾ ਇੰਨੀ ਧੁੱਪ 'ਤੇ ਜਿਹੜੇ ਨਾਲ ਜਦੋਂ ਰੋਟੀਆਂ ਲਾਉਂਦੇ ਹਨ, ਪਹਿਲਾਂ ਜਿਹੜੇ ਨਾਲ ਪੇੜੇ ਬਣਾ ਲਏ ਅਤੇ ਆਰਾਮ ਸਕੂਨ ਨਾਲ ਵਿੱਚ ਜਿਹੜੇ ਨਾਲ ਪਰਾਤ ਦੇ ਰੱਖ ਦਿੱਤੇ, ਅਤੇ ਜਦੋਂ ਤੰਦੂਰ ਬਲ ਗਿਆ ਉਦੋਂ ਜਲਦੀ ਨਾ ਜਾ ਕੇ ਜਿਹੜੇ ਨਾਲ ਲਾ ਲਏ। ਬਹੁਤ ਬਹੁਤ ਸ਼ੁਕਰੀਆ ਸਿਸਟਰ, ਇਨਸ਼ਾਅੱਲਾ ਇਵੇਂ ਜਿਹੜੇ ਨਾਲ ਕਰਾਂਗੀ, ਆਦੀਆਂ ਰੋਟੀਆਂ ਲਾਈਆਂ ਤਾਂ ਜਦੋਂ ਬਾਈ ਮਿਸਤਰੀ ਹੋਏ ਲੱਗੇ ਹੋ ਤਾਂ ਜਿਵੇਂ ਹੀ ਹੋਇਆ ਤੁਹਾਡੀ ਗੱਲ ਦਾ ਜਿਹੜੇ ਨਾਲ ਜ਼ਰੂਰ ਜਿਹੜੇ ਨਾਲ ਅਮਲ ਕਰਾਂਗੀ ਅਤੇ ਇਵੇਂ ਜਿਹੜੇ ਨਾਲ ਇਸੇ ਤਰੀਕੇ ਕਰਾਂਗੀ। ਅਤੇ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਮੁਹੱਬਤ ਦੇਣ ਵਾਸਤੇ, ਇੰਨਾ ਫਿਕਰ ਕਰਨ ਵਾਸਤੇ, ਕਿਉਂਕਿ ਬਿਲਕੁਲ ਮੇਰੀ ਫੈਮਿਲੀ ਹੈਗੀ ਆ, ਮੈਨੂੰ ਪਤਾ ਹੈਗਾ ਮੇਰੇ ਨਾਲ ਪਿਆਰ ਮੁਹੱਬਤ ਕਰਦੇ ਨੇ, ਅਤੇ ਮੈਨੂੰ ਇੰਨਾ ਸਮਝ ਲਓ ਜਿਹੜੇ ਨਾਲ ਮਸ਼ਵਰੇ ਦਿੰਦੇ ਨੇ ਇੰਨੇ ਇੰਨੇ ਪਿਆਰੇ ਪਿਆਰੇ, ਬਹੁਤ ਬਹੁਤ ਸ਼ੁਕਰੀਆ। ਅਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਭੈਣਾਂ ਬਈਆਂ ਦਾ, ਸੁਬਾਹ ਵਾਲੀਆ ਜਦੋਂ ਮੈਂ ਵਲਾਗ ਪਾਇਆ ਉਹਦੇ ਸਾਰਿਆਂ ਭੈਣਾਂ ਬਈਆਂ ਨੇ ਕਿਹਾ ਸਿੱਧਰ ਤੁਹਾਡੀ ਜਿਹੜੇ ਨਾਲ ਸੋਚ ਸਾਨੂੰ ਬਹੁਤ ਜ਼ਿਆਦਾ ਜਿਹੜੇ ਨਾਲ ਪਸੰਦ ਆਈ ਆ, ਬਹੁਤ ਜ਼ਿਆਦਾ, ਜਿੰਨੀ ਕਵੀ ਉੰਨੀ, ਕਿਉਂਕਿ ਬਿਲਕੁਲ ਜਿਹੜੇ ਨਾ ਬੱਚਿਆਂ ਦੇ ਬਾਰੇ ਤੁਹਾਨੂੰ ਦੱਸ ਦੇਵਾਂ, ਕਿਉਂਕਿ ਸੁਬਾਹ ਮੈਂ ਦੱਸਿਆ ਸੀ ਨਾ ਵੀ ਬੱਚੇ ਬਿਲਕੁਲ ਜਿਹੜੇ ਨਾ ਛੋਟੇ ਛੋਟੇ ਹੈਗੇ ਨੇ ਮੇਰੇ, ਅਜੇ ਬਿਲਕੁਲ ਜਿਹੜੇ ਨਾ ਉਹਨਾਂ ਦੀ ਸ਼ਾਦੀ ਹਲੇ ਸਾਈਡ ਵਾਲੇ ਸਮੂਹ ਲਓ ਜਿਹੜੇ ਨਾਲ ਜ਼ਿਹਨ ਹੀ ਨਹੀਂ ਹੈਗਾ ਵੀ ਉਹਨਾਂ ਦੀ ਮੈਂ ਸ਼ਾਦੀ ਕਰਨੀ ਆ ਜਾਂ ਉਹਨਾਂ ਦੇ ਕੋਈ ਮੰਗਣੀ ਵਗੈਰਾ ਕਰਨੀ ਆ। ਅਤੇ ਚਲੋ ਕੋਈ ਨਹੀਂ, ਉਹ ਬਾਈ ਨਿਵਾਜ਼ ਕਹਿ ਰਿਹਾ ਵੀ ਜਿਹੜੇ ਨਾ ਮੈਂ ਕੁਛ ਦਿਨ ਠਹਿਰ ਕੇ ਜਿਹੜੇ ਨਾਲ ਸ਼ਾਦੀ ਕਰਾਂਗਾ, ਉਹ ਸਿਸਟਰ ਨੇ ਕਿਹਾ ਸੀ ਵੀ ਤੁਸੀਂ ਯਾਦ ਪੁੱਤਰ ਜਿਹੜੇ ਨਾਲ ਮੰਗਣੀ ਕਰ ਦਿਓ, ਅਤੇ ਬਿਲਕੁਲ ਜਿਹੜੇ ਨਾਲ ਮੰਗਣੀ ਵਗੈਰਾ ਛੱਡ ਕੇ ਮੈਂ ਤਾਂ ਜਿਹੜੇ ਨਾਲ ਅਜੇ ਥੋੜ੍ਹੀ ਕੋਈ ਗੱਲ ਹੀ ਨਹੀਂ ਕਰਨੀ, ਅਜੇ ਥੋੜ੍ਹੀ ਤੁਸੀਂ ਸਾਰੇ ਬਣਾ ਬਈ ਇਹ ਦੁਆ ਕਰਨੀ ਆ, ਜੋ ਮੇਰਾ ਜ਼ਿੰਦਗੀ ਦਾ ਸਮਾਂ ਲੋ ਖਾਬ ਹੈਗਾ ਨਾ ਉਹ ਅੱਲਾ ਪਾਕ ਸੋਹਣਾ ਜਿਹੜਾ ਪੂਰਾ ਕਰੇ। ਬਿਲਕੁਲ ਮੇਰਾ ਇਹ ਖਾਬ ਹੈਗਾ ਮੇਰੇ ਬੱਚੇ ਜਿਹੜੇ ਨਾਲ ਪੜ੍ਹ ਲਿਖ ਜਾਣ, ਜਿਸ ਤਰ੍ਹਾਂ ਮੈਂ ਸਾਰਿਆਂ ਭੈਣਾਂ ਬਾਈਆਂ ਦੇ ਬੱਚਿਆਂ ਵਾਸਤੇ ਢੇਰ ਸਾਰੀਆਂ ਜਿਹੜੇ ਨਾਲ ਦੁਆਵਾਂ ਕਰਨੀਆਂ ਨਾ, ਅਤੇ ਸਾਰਿਆਂ ਭੈਣਾਂ ਬਾਈਆਂ ਦੇ ਬੱਚਿਆਂ ਵਾਸਤੇ ਕਹਿੰਦੀ ਅੱਲਾ ਪਾਕ ਉਹਨਾਂ ਨੂੰ ਅੱਛੀਆਂ ਤੋਂ ਅੱਛੀਆਂ ਨੌਕਰੀਆਂ ਦੇਵੇ, ਅੱਲਾ ਪਾਕ ਉਹਨਾਂ ਨੂੰ ਕਾਮਯਾਬੀਆਂ ਬੁਲੰਦੀਆਂ ਤਾਂ ਫਰਮਾਵੇ। ਅਤੇ ਇਵੇਂ ਮੈਂ ਆਹ ਦੇ ਬੱਚਿਆਂ ਦਾ ਵੀ ਸੋਚਦੀ ਹਾਂ ਵੀ ਇਸੇ ਤਰੀਕੇ ਮੇਰੇ ਬੱਚੇ ਜਿਹੜੇ ਨਾਲ ਪੜ੍ਹ ਜਾਣ, ਅਤੇ ਆਹ ਦਾ ਅੱਲਾ ਪਾਕ ਉਹਨਾਂ ਨੂੰ ਜਿਹੜੇ ਨਾਲ ਕੋਈ ਨੌਕਰੀਆਂ ਦੇ ਦੇ ਸੀ, ਜਿਸ ਤਰ੍ਹਾਂ ਅਸੀਂ ਜ਼ਿੰਦਗੀ ਗੁਜ਼ਾਰੀਆ ਸਾਡੇ ਬੱਚੇ ਨਾ ਗੁਜ਼ਾਰੇ। ਅਤੇ ਚੱਲਦੇ ਹਾਂ ਹੁਣ ਜਿਹੜੇ ਨਾਲ ਥੱਲੇ, ਬਾਕੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਭੈਣਾਂ ਬਾਈ ਦਾ, ਇੰਨੇ ਪਿਆਰੇ ਪਿਆਰੇ ਉਹਨਾਂ ਨੇ ਕਮੈਂਟ ਕੀਤੇ ਅਤੇ ਮੇਰੀ ਸੋਚ ਦੇ ਬਾਰੇ ਦੱਸਿਆ, ਬਹੁਤ ਬਹੁਤ ਸ਼ੁਕਰੀਆ। ਦਿਲ ਸਮਝ ਲਓ ਜਿਹੜੇ ਨਾਲ ਖੁਸ਼ ਹੋ ਜਾਂਦਾ ਜਦੋਂ ਭੈਣਾਂ ਬਾਈ ਜਿਹੜੇ ਨਾਲ, ਜਦੋਂ ਮੈਂ ਸਮਝ ਲਓ ਉਹਨਾਂ ਨਾਲ ਸਮਝ ਲਓ ਆਪਣੀ ਜਿਹੜੇ ਨਾਲ ਦਿਲ ਦੀ ਗੱਲ ਜਿਹੜੇ ਨਾਲ ਸ਼ੇਅਰ ਕਰਨੀ ਆ, ਅਤੇ ਉਹਨਾਂ ਦਾ ਫਿਰ ਜਵਾਬ ਉਹ ਇੰਨੀ ਪਿਆਰ ਮੁਹੱਬਤ ਨਾਲ ਦਿੰਦੇ ਨੇ ਨਾ, ਅਤੇ ਮੇਰਾ ਦਿਲ ਸਮਝ ਲਓ ਜਿਹੜੇ ਨਾਲ ਖੁਸ਼ੀ ਨਾਲ ਬਾਗੋ ਬਾਗ ਹੋ ਜਾਂਦਾ। ਹਾਂਜੀ, ਸ਼ੁਕਰ ਅਲਹਮਦੁਲਿਲਾਹ ਇੱਥੇ ਜਿੰਨਾ ਮਸਜਿਦ ਪਹੁੰਚਿਆ, ਔਰ ਮਾਸ਼ਾਅੱਲਾ ਸਫਾਈ ਵਗੈਰਾ ਜਿੰਨਾ ਸਫਾਈ ਬਾਰੇ ਕਹਿ ਰਹੇ, ਕਿਉਂਕਿ ਸੁਬਹ ਜਿੰਨਾ ਚਾਚੂ ਮਿਸਤਰੀ ਹੋ ਗਏ ਵਾਸ਼ਰੂਮਾਂ ਦੇ ਉੱਤੇ ਜਿਹੜਾ ਟਾਈਲਾਂ ਵੀ ਦੋ ਬਜਰੀ ਵੀ ਜਿਹੜੀ
ਪਾਣੀ ਵਗੈਰਾ ਲੈਣਾ ਕਿਉਂਕਿ ਪਲਸਤਰ ਵਗੈਰਾ ਹੋਇਆ ਹੋਇਆ ਤੈਨੂੰ ਪਾਣੀ ਵਗੈਰਾ ਲਾ ਕਰਨਾ ਜਿੰਨਾ ਜ਼ਰੂਰੀ ਹੈ। ਔਰ ਇਹ ਸਾਈਡ ਜਿੰਨਾ ਕੁਝ ਉੱਚੀ ਜਿੰਨਾ ਦੀਵਾਰ ਹੀ ਖੜੀ ਹੋਈ ਹੈ, ਇੱਧਰ ਜਿੰਨਾ ਟਰੈਕਟਰ ਜਾ ਰਿਹਾ ਸੀ ਇਸ ਵਜ੍ਹਾ ਤੋਂ ਬਾਅਦ ਜਿੰਨਾ ਥੋੜ੍ਹੀ ਆਈ ਇਹ ਦੀਵਾਰ ਹਿਮਾਚਲ ਜਿੰਨਾ ਇਹ ਸਾਈਡ ਥੋੜ੍ਹੀ ਬਹੁਤੀ ਜਿੰਨਾ ਉੱਚੀ ਹੋਈ ਔਰ ਬੁਝੀ ਔਰ ਪੈਂਪ ਵਗੈਰਾ ਜਿੰਨਾ ਲੈ ਕੇ ਆ ਗਏ ਨੇ। ਹਾਂਜੀ ਤਾਂ ਪਾਣੀ ਵਗੈਰਾ ਜਿੰਨਾ ਆਉਣਾ ਸ਼ੁਰੂ ਹੋ ਗਿਆ, ਪੀਟਰ ਵਗੈਰਾ ਜਿੰਨਾ ਚਲਾ ਲਿਆ, ਜੁੱਤੀ ਵਗੈਰਾ ਜਿੰਨਾ ਬੁੱਝੀ ਉਹਨਾਂ ਨੇ ਇੱਥੇ ਲਾ ਦਿੱਤੀ। ਹਾਂ ਮਨ ਜਿੰਨਾ ਅਸੀਂ ਕਰ ਲਵਾਂਗੇ ਠੀਕ ਹੈ। ਹਾਂਜੀ ਤੇ ਕੁਝ ਬਹਿਣ ਭਾਈ ਜਿੰਨਾ ਇਹ ਨਹੀਂ ਕਹਿਣਾ ਚਾਹੀਦਾ ਜਿੰਨਾ ਕੁਰਾਨ ਮਜੀਦ ਦੇ ਜਿੰਨਾ ਵਰਕੇ ਵਗੈਰਾ ਪੈਣ, ਲੇਕਿਨ ਜਿੰਨਾ ਇਹ ਬਿਲਕੁਲ ਆਮ ਜਿੰਨਾ ਸਾਦਾ ਹੀ ਪੈਣ ਕਾਪੀ ਦੇ। ਮੈਂ ਕਿਹਾ ਜਿੰਨਾ ਕੁਝ ਬਹਿਣ ਭਾਈ ਕਹਾਂਗੇ ਤਾਂ ਉੱਥੇ ਜਿੰਨਾ ਸਾਹਮਣੇ ਕੁਰਾਨ ਮਜੀਦ ਪੈਣੇ ਤਾਂ ਉਹਨਾਂ ਦੇ ਵਰਕੇ ਵਗੈਰਾ ਜਿੰਨਾ ਇੱਥੇ ਪੈਣ ਅਤੇ ਬਿਲਕੁਲ ਜਿੰਨਾ ਕੁਰਾਨ ਮਜੀਦ ਦੇ ਵਰਕੇ ਵਗੈਰਾ ਨਹੀਂ ਨੇ। ਅੰਦਰੋਂ ਪਾਣੀ ਜਿੰਨਾ ਸਾਰਾ ਲਗਾ ਲਿਆ ਤੂੰ ਜਿੰਨਾ ਇੱਧਰ ਪਾਣੀ ਬੁਝ ਲਗਾ ਰਿਹਾ। ਔਰ ਅੱਬੂ ਜੀ ਹੋਰੀ ਜਿੰਨਾ ਇੱਧਰ ਪਾਣੀ ਲਗਾ ਕੇ ਆ ਜਾਵਣਗੇ ਕਿਉਂਕਿ ਇੱਥੇ ਜਿੰਨਾ ਕਾਫੀ ਸਾਰਾ ਟਾਈਮ ਲੱਗਦਾ ਹੁਣ ਜਿੰਨਾ ਦੀਵਾਰਾਂ ਨੂੰ ਲਗਾ ਰਹੇ ਨੇ, ਬਾਕੀ ਫਿਰ ਦੀਵਾਰਾਂ ਨੂੰ ਲਗਾ ਕੇ ਜਿੰਨਾ ਫਿਰ ਆਵਣਗੇ ਅਤੇ ਮੈਂ ਜਿੰਨਾ ਹੁਣ ਚਲੇ ਜਾਂਦਾ। ਅੱਬੂ ਜੀ ਮੈਂ ਫਿਰ ਜਿੰਨਾ ਚਲੇ ਜਾ ਕਿਉਂਕਿ ਤੂੰ ਸਰ ਫਿਰ ਜਿੰਨਾ ਸਾਰੀ ਮਸਜਿਦ ਨੂੰ ਮਤਲਬ ਪਾਣੀ ਲਗਾਉਣਾ। ਹਾਂਜੀ ਹਾਂਜੀ ਤਾਂ ਅੱਬੂ ਜੀ ਹੋਰ ਜਿੰਨਾ ਪਾਣੀ ਲਗਾ ਰਹੇ ਮੈਂ ਜਿੰਨਾ ਘਰ ਵਾਪਸ ਜਾ ਰਿਹਾ। ਹਾਂਜੀ ਤੇ ਮੰਮਾ ਸੈਨ ਔਰ ਜਿਹੜਾ ਮਸਜਿਦ ਨੂੰ ਵਾਪਸ ਆ ਗਏ ਜਾਂ ਫਿਰ ਲਈ ਤਜੇ ਤੋੜੀ ਉੱਥੇ ਹੀ ਹੈਗਾ ਮੰਮਾ ਸੈਨ ਆ ਗਿਆ ਕਿਉਂਕਿ ਉਹਨੇ ਜਿਹੜਾ ਉਹ ਥੋੜ੍ਹਾ ਬਹੁਤ ਸਬਕ ਆਪਣਾ ਯਾਦ ਕਰਨਾ ਉਹ ਫਿਰ ਘਰੇ ਆ ਗਿਆ ਜਾਂ ਫਿਰ ਲਈ ਅਜੇ ਤੋੜੀ ਪਾਣੀ ਜਿਹੜਾ ਲਾਉਣ ਵਾਲਾ ਕਿ ਕੱਲ੍ਹ ਜਿਹੜਾ ਕੰਮ ਕਰ ਗਿਆ ਬਾਈ ਮਿਸਤਰੀ ਹੋਰੀ ਉਹਨੂੰ ਪਾਣੀ ਜਿਹੜਾ ਲਾਉਣ ਵਾਲਾ ਉਹ ਜਿਹੜਾ ਲਾਉਂਦੇ ਪਏ ਨੇ ਫਿਰ ਥੋੜ੍ਹੀ ਦੇਰ ਨੂੰ ਆਉਣਗੇ। ਮੈਂ ਕਿਹਾ ਮੈਂ ਉਹਨੂੰ ਜਿਹੜਾ ਦੁਕਾਨ ਵਿੱਚ ਬੰਨੀ ਹੋ ਕੋਈ ਗਾਹਕ ਵਗੈਰਾ ਜਿਹੜਾ ਆ ਜਾਂਦਾ ਕੋਈ ਨਾ ਕੋਈ ਚੀਜ਼ ਲੈਣ ਵਾਸਤੇ ਅਤੇ ਤਾਂ ਫਿਰ ਮੈਂ ਕਿਹਾ ਚੱਲ ਮੈਂ ਜਿਹੜੇ ਇੱਥੇ ਬਹਿਨੀ ਹਾਂ ਤਾਂ ਮੰਮਾ ਸੈਨ ਕਿਹਾ ਤੁਸੀਂ ਜਿਹੜਾ ਚਲੋ ਆਪਦਾ ਕੰਮ ਲਿਖ ਲਓ ਅਤੇ ਸਵੇਰਾ ਰੂਹ ਨੂੰ ਕਿਹਾ ਕੋਈ ਚੀਜ਼ ਜਿਹੜਾ ਖਾਣ ਪਕਾਉਣ ਦੀ ਕੋਈ ਚੀਜ਼ ਅਗਰ ਜਿਹੜਾ ਲੈਣੀ ਹੈ ਜੇ ਸਿਰਫ ਜਿਹੜਾ ਲੱਸੀ ਬਣਾਉਣੀ ਹੈ ਨਾ ਰੋਟੀਆਂ ਥੋੜ੍ਹੀਆਂ ਬਹੁਤੀਆਂ ਪਈਆਂ ਹੋਈਆਂ ਹਨ ਫਿਰ ਦੁੱਧ ਦੀ ਜਿਹੜਾ ਲੱਸੀ ਬਲਕਿ ਲੱਸੀ ਹੁਣ ਜਿਹੜਾ ਨਹੀਂ ਬਣਾਵਾਂਗੇ ਦੁੱਧ ਜਿਹੜਾ ਬੋਇਲ ਕਰਕੇ ਤਾਂ ਉਵੇਂ ਜਿਹੜਾ ਬੱਚਿਆਂ ਨੂੰ ਜਿਹੜਾ ਦੇ ਦੇਵਾਂਗੇ। ਮੇਰੇ ਖਿਆਲ ਦੁਕਾਨ 'ਤੇ ਕੋਈ ਆਖਰ ਤਾਂ ਕਿਉਂਕਿ ਇੱਥੇ ਜਿਹੜਾ ਸਾਹਮਣੇ ਧੁੱਪ ਆ ਜਾਂਦੀ ਤਾਂ ਵੀ ਪਰ ਜਿਹੜਾ ਦਰਵਾਜ਼ਾ ਮੈਂ ਬੰਦ ਕੀਤਾ ਮੈਂ ਕੋਈ ਖੜਕਾਉਂਦਾ ਚੱਲ ਫਿਰ ਜਿਹੜਾ ਤਾਂ ਪੱਖਾ ਜਿਹੜਾ ਚਲਾਇਆ ਹੋਇਆ ਕਿਉਂਕਿ ਸਾਹਮਣੇ ਜਿਹੜਾ ਇਸ ਟਾਈਮ ਥੋੜ੍ਹੀ ਬਹੁਤੀ ਗਰਮੀ ਲੱਗਦੀ ਅੱਗੇ ਪਿੱਛੇ ਸਾਨੂੰ ਸਾਰਾ ਦਿਨ ਜਿਹੜਾ ਠੰਡ ਰਹਿੰਦੀ ਅੱਗੇ ਅਤੇ ਇੰਨੇ ਕੁ ਦਾਣੇ ਜਿਹੜਾ ਮਾਸ਼ਾਅੱਲਾ ਜਿਹੜਾ ਉਹ ਹੋਏ ਪੈਣ ਤਕਰੀਬਨ ਜਿਹੜਾ 10 ਕਿਲੋ ਹੋਣਗੇ ਅਤੇ ਜਾਂ ਫਿਰ ਕਹਿੰਦੀ ਪੀ ਐਸ ਵੀ ਐਵੇਂ ਜਿਹੜਾ ਦਾਣੇ ਆਉਂਦੇ ਰਹੇ ਨਾ ਤਾਂ ਆਪਣੀ ਪੀਣ ਮਾਸ਼ਾਅੱਲਾ ਜਿਹੜਾ ਦੁਬਾਰਾ ਫਿਰ ਬਣ ਗਿਆ ਸੀ। ਚੀਨੀ ਜਿਹੜਾ ਉਹ ਵਾਲੀ ਖਤਮ ਹੋਈ ਹੋਈ ਆ ਸਿਰਫ ਜਿਹੜਾ ਥੋੜ੍ਹੀ ਪਈ ਹੋਈ ਹੈ
ਚਾਵਲ ਓਹੀ ਬਿਲਕੁਲ ਖਤਮ ਹੋਏ ਨੇ ਇਨਸ਼ਾਅੱਲਾ ਉਹ ਵੀ ਦੇਣਾ ਬਹੁਤ ਜਲਦ ਦੇਣਾ ਲੈ ਕੇ ਆਵਾਂਗੇ ਬਾਕੀ ਜਿੰਨੀਆਂ ਕਿ ਚੀਜ਼ਾਂ ਦਾਲਾਂ ਵਗੈਰਾ ਮਾਸ਼ਾਅੱਲਾ ਪਈਆਂ ਨੇ ਪੈਲਸਣਾਂ ਪਈਆਂ ਨੇ ਪਾਪੜ ਵਗੈਰਾ ਪਏ ਨੇ ਇਨਸ਼ਾਅੱਲਾ ਅੱਲਾ ਪਾਕ ਖੈਰ ਸੁੱਖ ਰੱਖਿਆ ਨਾ ਅਤੇ ਇਵੇਂ ਹੀ ਇੱਕ ਦੋ ਦਿਨਾਂ ਦੀ ਸੇਲ ਦੇਣਾ ਤਿੰਨਾਂ ਦਿਨਾਂ ਦੀ ਰੱਖ ਕੇ ਨਾ ਅਤੇ ਉਸ ਤੋਂ ਬਾਅਦ ਮੈਂ ਕਿਹਾ ਚੱਲ ਥੋੜ੍ਹੇ ਬਹੁਤੇ ਪੈਸੇ ਦੇਣਾ ਜਮ੍ਹਾਂ ਹੋ ਗਏ ਨਾ ਫਿਰ ਦੁਕਾਨ ਦਾ ਸਮਾਨ ਥੋੜ੍ਹਾ ਬਹੁਤਾ ਦੇਣਾ ਲੈ ਆਵਾਂਗੇ ਚੱਲ ਥੋੜ੍ਹਾ ਬਹੁਤਾ ਬੰਦਾ ਫਿਰ ਉਧਾਰ ਕਰ ਲੈਂਦਾ ਅਗਰ 4-5 ਹਜ਼ਾਰ ਲੈ ਜਾਵੇ ਤਾਂ ਉਹਦੇ ਨਾਲ ਕੀ ਮਿਲਣਾ ਕੋਈ ਚੀਜ਼ ਦਿੰਦੇ ਉਹਦੇ ਸਮਝ ਲਓ ਬਿਸਕਟ ਹੀ ਨਹੀਂ ਮਿਲਣੇ ਹੈਗੇ ਨੇ ਤਾਂ ਪਰ ਜਾਂ ਫਿਰ ਲਿਖਣ ਦਾ ਵੀ 2-4 ਦਿਨਾਂ ਦੇ ਤੁਸੀਂ ਆਪਾਂ ਜਿਹੜਾ ਪੈਸੇ ਜਮ੍ਹਾਂ ਕਰਨੇ ਆ ਜਿੰਨੇ ਸਮਝ ਲਓ ਹੁਣ ਜਿਹੜਾ ਸੇਲ ਵੀ ਕਾਫੀ ਸਾਰੀ ਘੱਟ ਗਈ ਅਤੇ ਚੀਜ਼ਾਂ ਜਿਹੜਾ ਕਾਫੀ ਸਾਰੀਆਂ ਘੱਟ ਗਈਆਂ ਨੇ ਦੂਸਰੀ ਗੱਲ ਹੈਗੀ ਆ ਇਹ ਹੈਗੀ ਆ ਵੀ ਸਾਰੀਆਂ ਚੀਜ਼ਾਂ ਆਉਣ ਨਾਲ ਫਿਰ ਸੇਲ ਵੀ ਮਾਸ਼ਾਅੱਲਾ ਜਿਹੜਾ ਬਹੁਤ ਅੱਛੀ ਹੁੰਦੀ ਆ ਅਤੇ ਜਦੋਂ ਸਮਝ ਲਓ ਗਾਹਕ ਆਉਂਦਾ ਨਾ ਤਾਂ ਇੱਕ ਚੀਜ਼ ਹੁਣ ਨਾ ਇਸ ਦੁਕਾਨ 'ਤੇ ਮਿਲੇ ਫਿਰ ਉਹ ਸਮਝ ਲਓ ਦਿਲ 'ਚ ਹੀ ਸੋਚ ਲੈਂਦਾ ਕਿੱਥੋਂ ਦੁਕਾਨ ਤੋਂ ਲੈਣੀਆਂ ਨਾ ਚੀਜ਼ ਉੱਥੋਂ ਦੂਸਰਾ ਸੌਦਾ ਹੀ ਲੈ ਰਿਹਾ ਆਉਂਦਾ ਨਹੀਂ ਮੈਂ ਬਸ ਉਹ ਹੀ ਲੈਣੀ ਆ ਉਹ ਤਾਂ ਦੀ ਪਰ ਸਮਝ ਲਓ ਗਾਹਕ ਥੋੜ੍ਹੇ ਜਿਹੇ ਨਾ ਘੱਟ ਗਏ ਹੈਗੇ ਨੇ ਅਤੇ ਇਨਸ਼ਾਅੱਲਾ ਅੱਲਾ ਪਾਕ ਖੈਰ ਸੁੱਖ ਰੱਖੇ ਅਤੇ ਬਾਈ ਜਿਆਦ ਨੂੰ ਅੱਲਾ ਪਾਕ ਤੰਦਰੁਸਤ ਠੀਕ ਠਾਕ ਕਰ ਦੇਵੇ ਅਤੇ ਬਹੁਤ ਜਲਦ ਜਿਹੜੇ ਨਾ ਆਸਤਾ ਆਸਤਾ ਦੁਕਾਨ ਜਿਹੜੇ ਨਾ ਅੱਗੇ ਤੋਂ ਅੱਗੇ ਜਿਹੜੇ ਨਾ ਲੈ ਕੇ ਬਸ ਇਹ ਚੋਰੀ ਹੋਣ ਦੀ ਵਜ੍ਹਾ ਦੇ ਵਿੱਚ ਸਮਝ ਲਓ ਥੋੜ੍ਹਾ ਜਿਹਾ ਇਸ ਤਰ੍ਹਾਂ ਹੋ ਗਿਆ ਕੰਮ ਨਹੀਂ ਤਾਂ ਅਤੇ ਦੂਸਰੀ ਗੱਲ ਦੱਸ ਦੇਵਾਂ ਥੋੜ੍ਹਾ ਜਿਹਾ ਸਮਝ ਲਓ ਇੱਕ ਜਿਹੜੇ ਨਾ ਇੱਥੋਂ ਸ਼ਹਿਰ ਜਾਂ ਫਿਰ ਇੰਨੀ ਦਾ ਦੋਸਤ ਹੈਗਾ ਸੀ ਉਹਨੇ ਕਿਹਾ ਵੀ ਤੁਹਾਨੂੰ ਜਿਹੜੇ ਨਾ ਕੌਣ ਆ ਰਿਹਾ ਦੁਕਾਨ 'ਤੇ ਗਾ ਚਲੋ ਲੈ ਲੈ ਹਾਂਜੀ ਤੇ ਗਾਹਕ ਆ ਗਿਆ ਸੀ ਮਾਈ ਹੈਗੀ ਸੀ ਤੁਹਾਨੂੰ ਜਿਹੜਾ ਨਾ ਸੌਦਾ ਦਿੱਤਾ ਤਾਂ ਪਰ ਸਵੇਰਾ ਨੇ ਕਿਹਾ ਵੀ ਉਹਨੂੰ ਜਿਹੜਾ ਨਾ ਸੌਦਾ ਦੇ ਲਓ ਅਤੇ ਅੱਲਾ ਪਾਕ ਦਾ ਸ਼ੁਕਰ ਹੈਗਾ ਕਦੀ ਸਮਝ ਲਓ ਜਿਹੜੇ ਨਾ ਜ਼ਿੰਦਗੀ ਦੇ ਵਿੱਚ ਹੀ ਨਹੀਂ ਸੋਚਿਆ ਸੀ ਇੰਨੀ ਜਲਦੀ ਜਿਹੜੇ ਨਾ ਅੱਲਾ ਪਾਕ ਦਾ ਘਰ ਜਿਹੜੇ ਨਾ ਬਣ ਜਾ ਸੀ ਬਹੁਤ ਪਿਆਰਾ ਜਿਹੜੇ ਨਾ ਬਣੇ ਮੈਂ ਤਾਂ ਕੱਲ੍ਹ ਜਦੋਂ ਜਿਹੜੇ ਨਾ ਬਾਈ ਵਿਆਹ ਵੱਲ ਜਾ ਰਹੀ ਸੀ ਨਾ ਉਦੋਂ ਬਾਈ ਮਿਸਤਰੀ ਹੋਰੀ ਕੰਮ ਕਰ ਰਹੇ ਸੀ ਤਾਂ ਉਦੋਂ ਜਿਹੜੇ ਨਵੇਂ ਜਿਹੜੇ ਨਾ ਉੱਥੇ ਜਿਹੜੇ ਨਾ ਰੁਕੀ ਹਾਂ ਅਤੇ ਮੋਟਰਸਾਈਕਲ ਸਮੇਂ ਨੂੰ ਉਤਰੀ ਕੋਈ ਨਹੀਂ ਉਵੇਂ ਜਿਹੜੇ ਨਾ ਖੜੇ ਹੋ ਕੇ ਵੇਖਿਆ ਤਾਂ ਬਹੁਤ ਜ਼ਿਆਦਾ ਜਿਹੜੇ ਨਾ ਪਿਆਰਾ ਲੱਗ ਰਿਹਾ ਅੱਲਾ ਪਾਕ ਸੋਹਣੇ ਦਾ ਘਰ ਮੈਂ ਕਹਿੰਦੀ ਹਾਂ ਅਤੇ ਬੱਚਿਆਂ ਨੇ ਸਮਝ ਲਓ ਜਿਹੜੇ ਨਾ ਪੜ੍ਹਨਾ ਵੀ ਸ਼ੁਰੂ ਜਿਹੜੇ ਨਾ ਕਰ ਦਿੱਤਾ ਹੈਗਾ ਸਾਰਿਆਂ ਵੇਲੇ ਦੀ ਦੁਆ ਕਰਨੀ ਆ ਸਮਝ ਲਓ ਜਿਹਨੇ ਜਿਹਨੇ ਹਿੱਸਾ ਪਾਇਆ ਅੱਲਾ ਪਾਕ ਉਹਨਾਂ ਨੂੰ ਜਿਹੜੇ ਨਾ ਕਬੂਲ ਕਰੇ ਆਪਣੀ ਬਾਰਗਾਹ 'ਚ ਅਤੇ ਬਹੁਤ ਦਿਲ ਜਿਹੜੇ ਨਾ ਖੁਸ਼ ਹੈ ਮੰਮਾ ਸਾਹਿਬ ਕਹਿ ਰਿਹਾ ਅਮੀ ਜਿਹੜੇ ਨਾ ਸਾਡਾ ਤੋਂ ਜਿਹੜੇ ਨਾ ਸਮਝ ਲਓ ਉਹਲੀ ਸਾਈਡ ਤੋਂ ਤਾਂ ਮਾਸ਼ਾਅੱਲਾ ਇੰਨੀ ਇੰਨੀ ਜਿਹੜੇ ਨਾ ਦੀਵਾਰ ਹੋ ਗਈ ਪਰ ਉਹ ਥੱਲੇ ਵਾਲੀ ਸਾਈਡ ਤੋਂ ਸਮਝ ਲਓ ਜ਼ਿਆਦਾ ਇੱਟਾਂ ਲੱਗਦੀਆਂ ਨੇ ਥੱਲੇ ਵਾਲੇ ਐਰੇ ਅਤੇ ਐਰੇ ਸਮਝ ਲਓ ਜਿਹੜੇ ਨਾ ਮੁਕੰਮਲ ਹੋ ਗਏ ਮਾਸ਼ਾਅੱਲਾ ਹੁਣ ਤੂੰ 4 ਦੀਵਾਰੀ ਜਿਹੜੇ ਨਾ ਮਾਸ਼ਾਅੱਲਾ ਉਹ ਬਣ ਜਾਂਦੀ ਫਿਰ ਜਿਹੜੇ ਨਾ ਦਰਵਾਜ਼ਾ ਲੱਗ ਗਿਆ ਸੀ ਫਿਰ ਬਾਹਰ ਲੱਗ ਗਏ ਅਤੇ ਇਸੇ ਤਰ੍ਹਾਂ ਹੀ ਆਸਤਾ ਆਸਤਾ ਸਾਰੇ ਕੰਮ ਹੀ ਇਨਸ਼ਾਅੱਲਾ ਅੱਲਾ ਪਾਕ ਸੋਹਣੇ ਨੇ ਚਾਹਿਆ ਨਾ ਅਤੇ ਆਸਤਾ ਆਸਤਾ ਜਿਹੜੇ ਨਾ ਹੋ ਜਾਣਗੇ ਅਤੇ ਦਿਲ ਜਿਹੜੇ ਨਾ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਮੰਮਾ ਸਾਹਿਬ ਕਹਿ ਰਿਹਾ ਜਦੋਂ ਪਾਣੀ ਲਾਇਆ ਨਾ ਤਾਂ ਬਹੁਤ ਜ਼ਿਆਦਾ ਜਿਹੜੇ ਨਾ ਸਾਰੀਆਂ ਸਾਈਡਾਂ 'ਚ ਜਿਹੜੇ ਨਾ ਜਦੋਂ ਪਲਸਤਰ ਹੋਇਆ ਥੱਲਾ ਹੀ ਜਿਹੜੇ ਨਾ ਮਾਸ਼ਾਅੱਲਾ ਬਰਾਂਡੇ ਦਾ ਹੀ ਪੂਰਾ ਮੁਕੰਮਲ ਜਿਹੜੇ ਨਾ ਕੱਚਾ ਹੋ ਗਿਆ ਮੰਮਾ ਸਾਹਿਬ ਕਹਿ ਰਿਹਾ ਤਾਂ ਅੱਲਾ ਪਾਕ ਦੇ ਘਰ ਦਾ ਬਹੁਤ ਪਿਆਰਾ ਸਾਰਾ ਹੀ ਕੰਮ ਸਮੂਹ ਨੇ ਜਿਹੜੇ ਨਾ ਜਿੰਨਾ ਕੀ ਹੋ ਗਿਆ ਬਹੁਤ ਜ਼ਬਰਦਸਤ ਹੋ ਗਿਆ ਅਤੇ ਇਹ ਵਾਲੀ ਡਾਕ ਛੋਟਾ ਜਿਹਾ ਕਰਨੀ ਇੱਥੇ ਖਤਮ ਆਦੇ ਬਣ ਵੀ ਕਿ ਨੈਨੀ ਜਾਂ ਢੇਰ ਸਾਰੀਆਂ ਦੁਆਵਾਂ 'ਚ ਆਪਣਾ ਹੀ ਖਿਆਲ ਰੱਖਿਆ ਸਿੱਧਣ ਨੂੰ ਯਾਦ ਰੱਖਣਾ ਹਾਂਜੀ ਇਹ ਵਾਲੀ ਡਾਕ ਕਰਨੀ ਇੱਥੇ ਖਤਮ ਆਦੇ ਬਣ ਵੀ ਕਿ ਨੈਨੀ ਜਾਂ ਤਲਾ ਫੇਸ ਲੜੀ ਜਵਾਬ